ਨਸ਼ਾ ਤਸਕਰਾਂ ਦੀ ਪੁਲਿਸ ਨੂੰ ਦਿੱਤੀ ਜਾਣਕਾਰੀ ਤਾਂ ਤੇਜ਼ਧਾਰ ਹਥਿਆਰਾਂ ਦੇ ਨਾਲ ਵੱਡਿਆ ਨੌਜਵਾਨ ਟੁੱਟ ਗਈ ਨੌਜਵਾਨ ਦੇ ਸਿਰ ਦੀ ਹੱਡੀ ਹੁਣ ਪੁਲਿਸ ਕਰ ਰਹੀ ਹੈ ਹਮਲਾਵਰਾਂ ਦੀ ਭਾਲ ਤਾਂ ਦੱਸਦੇ ਕਿ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨੂੰ ਦੇਣੀ ਇਸ ਨੌਜਵਾਨ ਨੂੰ ਮਹਿੰਗੀ ਪੈ ਗਈ ਕਿਉਂਕਿ ਇਸ ਨੌਜਵਾਨ ਤੇ ਫਿਰ ਇਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਨੌਜਵਾਨ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਹਾਲਤ ਨੂੰ ਖਰਾਬ ਹੁੰਦਿਆਂ ਵੇਖ ਕੇ ਉਸ ਨੂੰ CMC ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਤਾਂ ਦੱਸਦੇ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਭਤੀਜੇ ਸੰਨੀ ਵੱਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਪੁਲਿਸ ਥਾਣੇ ਦੇ ਵਿੱਚ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਚੱਲਦਿਆਂ 7 ਤੋਂ 8 ਨਸ਼ਾ ਵੇਚਣ ਵਾਲਿਆਂ ਵੱਲੋਂ ਹਥਿਆਰਾਂ ਦੇ ਨਾਲ ਮੋਟਰਸਾਈਕਲ ਦੇ ਪਿੱਛਾ ਕੀਤਾ ਜਾਂਦਾ ਹੈ ਤੇ ਫਿਰ ਉਸ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਸਨੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਹਮਲਾਵਰ ਪੀੜਿਤ ਨੂੰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਸਾਰੀ ਘਟਨਾ ਇੱਕ CCTV ਕੈਮਰੇ ਦੇ ਵਿੱਚ ਕੈਦ ਵੀ ਹੋਈ ਹੈ ਜ਼ਖਮੀ ਹੋਏ ਨੌਜਵਾਨ ਨੂੰ ਤੁਰੰਤ ਹਸਪਤਾਲ ਦੇ ਵਿੱਚ ਭੇਜਿਆ ਗਿਆ ਤੇ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਉਸ ਨੂੰ CMC ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਡਾਕਟਰਾਂ ਵੱਲੋਂ ਸਿਰ ਦੀ ਹੱਡੀ ਟੁੱਟਣ ਦੀ ਗੱਲ ਕਹੀ ਗਈ ਹੈ ਇਸ ਮੈਟਰ ਦੇ ਸੰਬੰਧ 'ਚ ਸਨੀ ਵਿਰਦੀ ਨਾਮ ਦੇ ਲੜਕੇ ਦੇ ਸੱਟਾਂ ਲੱਗੀਆਂ ਸੀ ਅਤੇ 41/24 FIR ਦਰਜ ਆ ਆਪਣੇ ਕੋਲ ਵੱਖ ਵੱਖ ਧਾਰਾਵਾਂ ਅਧੀਨ ਉਸਦੇ ਚਾਰ ਦੋਸ਼ੀ ਬਾਏ ਨੇਮ ਨੇ ਅਤੇ ਬਾਕੀ 2-3 ਦੋਸ਼ੀ ਨਾਮਲੂਮ ਨੇ ਦੋਸ਼ੀਆਂ ਦੇ ਘਰਾਂ 'ਤੇ ਰੇਡਾਂ ਕੀਤੀਆਂ ਗਈਆਂ ਨੇ ਹਾਲ ਦੀ ਘੜੀ ਉਹ ਫਰਾਰ ਨੇ ਬਟ ਆਪਾਂ ਜਲਦੀ ਤੋਂ ਜਲਦੀ ਇਹਨਾਂ ਨੂੰ ਰੇਡ ਕਰਕੇ ਗ੍ਰਿਫਤਾਰ ਕਰਾਂਗੇ ਜੀ ਬਾਕੀ ਕਹਿੰਦੇ ਸੀਗੇ ਕਿ ਇਹਦੇ ਵਿੱਚ ਜਿਹੜਾ ਵਾਅਦਾ ਨਹੀਂ ਕੀਤਾ ਗਿਆ ਉਸ ਸੰਬੰਧ ਵਿੱਚ ਹਾਂ ਬਿਲਕੁਲ ਜੀ ਉਹਦੇ 'ਚ ਇਹ ਆਪਣਾ ਜਿਹੜਾ ਮਦਈ ਹੈ ਇਹ 2-3 ਹੋਸਪਿਟਲਸ 'ਚ ਦਾਖਲ ਆ ਸਿਵਲ ਹੋਸਪਿਟਲ ਫਿਰ CMC ਉੱਥੋਂ ਰਿਕਾਰਡ ਹਾਸਲ ਕੀਤਾ ਜਾ ਚੁੱਕਾ ਹੈ ਉਹਦੀ ਇੰਜਰੀ ਰਿਪੋਰਟ ਲੈਣੀ ਬਾਕੀ ਹੈ ਡਾਕਟਰ ਸਾਹਿਬ ਤੋਂ ਉਸ ਸੰਬੰਧਿਤ ਇੰਜਰੀ ਰਿਪੋਰਟ ਲੈ ਕੇ ਵਾਅਦਾ ਜੁਰਮ ਕਰਕੇ ਆਪਾਂ ਬਣਦੀ ਕਾਰਵਾਈ ਕਰਾਂਗੇ ਇੰਜਰੀ ਰਿਪੋਰਟ ਆਪਾਂ ਡਾਕਟਰ ਦਾ ਓਪੀਨੀਅਨ ਲੈਣਾ ਹੁੰਦਾ ਉਹ CMC ਤੋਂ ਵੀ ਲੈਣਾ ਹੁੰਦਾ ਅਤੇ ਜਿਹੜੇ ਜਿਹੜੇ ਹੋਸਪਿਟਲ 'ਚ ਦਾਖਲ ਹੁੰਦਾ ਸਾਰਿਆਂ ਤੋਂ ਲੈਣਾ ਹੁੰਦਾ ਰਿਕਾਰਡ ਵਧਾਈ ਦਾ ਦੋਸ਼ੀ ਤਾਂ ਭਾਵੇਂ ਆਪਾਂ ਨੂੰ ਅੱਜ ਮਿਲ ਜਾਣਗੇ ਅੱਜ ਵੀ ਕਾਰਵਾਈ ਕਰ ਦੇਵਾਂਗੇ ਬਟ ਇਹ ਆ ਵੀ ਆਪਾਂ ਇੰਜਰੀ ਰਿਪੋਰਟ ਵੀ ਨਾਲ ਲੈਣੀ ਜ਼ਰੂਰੀ ਹੈ ਉਸਦੇ ਨਾਲ ਵਾਧਾ ਜੁਰਮ ਹੋ ਜਾਊਗਾ ਤਾਂ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲ ਸਕੇ ਬਹੁਤ ਜਲਦ ਇਹਨਾਂ 'ਤੇ ਕਾਰਵਾਈ ਕੀਤੀ ਜਾਊਗੀ ਤਰੀ ਵਾਲੇ ਦਿਨ ਮੇਰਾ ਭਤੀਜਾ ਜੀ ਸਨੀ ਬਿਰਦੀ ਆਪਣੇ ਘਰੋਂ ਜੀ ਰਾਜੂ ਕਲੋਨੀ ਵੱਲ ਨੂੰ ਗਿਆ ਡੱਬਾ ਰੋਡ 'ਤੇ ਜਿੱਥੇ ਰਸਤੇ ਦੇ ਵਿੱਚ ਕੁਛ ਜਿਹੜੇ ਵਿਅਕਤੀ ਸੀ 7-8 ਜਣੇ ਇਕੱਠੇ ਹੋਏ ਸੀ ਜਿਨ੍ਹਾਂ ਨੇ ਇਹਨੂੰ ਘੇਰ ਲਿਆ ਘੇਰ ਕੇ ਇਹਦੇ ਸਿਰ ਦੇ ਵਿੱਚ ਦਾਤ ਮਾਰੇ ਦਾਤ ਪਾ ਕੇ ਜ਼ਖਮੀ ਕਰ ਦਿੱਤਾ ਦੁਬਾਰਾ ਫਿਰ ਜਾ ਕੇ ਮਿਲੇ ਗਿਆ ਯੂ ਨੂੰ ਮਿਲੇ ਸ਼ਾਮ ਸਿੰਘ ਨੂੰ ਅਤੇ ਜਿਨ੍ਹਾਂ ਨੇ ਕਿਹਾ ਵੀ ਅਸੀਂ ਰੇਡ ਕਰ ਰਹੇ ਹਾਂ ਵੀ ਅਸੀਂ ਬੰਦੇ ਫੜਦੇ ਹਾਂ CCTV ਕੈਮਰੇ ਦੀ ਫੋਟੋ ਵੀ ਸੀ ਜਿਹੜੀ ਉਹ ਸਾਡੇ ਕੋਲ ਹੈਗੀ ਹੈ ਇਹ 7-8 ਬੰਦੇ ਸੀਗੇ ਜੀ ਜਿਹਨਾਂ ਨੂੰ ਕੁਛ ਬੰਦਿਆਂ ਨੂੰ ਰਾਜ ਨੇਮ ਜਾਣਦਾ ਜੀ ਹੁੰਦਾ ਅਤੇ ਉਹਨਾਂ ਦੇ ਨਾਂ ਇਹ ਬੰਦਾ ਕਹਿੰਦਾ ਜੀ ਮੈਨੂੰ ਮੈਂ ਚਿੱਟਾ ਵੇਚਦਾ ਤੂੰ ਅਤੇ ਚਿੱਟਾ ਵੇਚਦੇ ਕਰਕੇ ਇਸ ਬੰਦੇ ਨੇ ਜੀ ਪਰ ਉਹਦੇ ਸੰਬੰਧੀ ਸਾਨੂੰ ਇਹਦੇ ਬਾਰੇ ਪਤਾ ਨਹੀਂ ਵੀ ਉਹ ਫੜਾਇਆ ਜਾਂ ਨਹੀਂ ਫੜਾਇਆ 7-8 ਬੰਦੇ ਸੀਗੇ ਜੀ ਉਹ 2 ਸੀਗੇ ਐਕਟਿਵਾ ਸੀ 3 ਉਹਦੇ ਸੀਗੇ ਜੀ ਅਤੇ 3 ਜਿਹੜੇ ਸੀਗੇ ਉਹ ਮੋਟਰਸਾਈਕਲ 'ਤੇ ਸੀਗੇ ਜੀ ਐਕਟਿਵਾ ਦਾ ਨੰਬਰ ਵੀ ਵਿੱਚ ਸੀਗਾ ਜੀ ਪਰ ਪੁਲਿਸ ਨੇ ਹਾਲੇ ਤੱਕ ਉਹ ਨੰਬਰ ਵੀ ਟਰੇਸ ਨਹੀਂ ਕੀਤਾ ਜੀ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜੀ ਉਹਦੇ ਕੋਲ ਜਿਹੜਾ ਹਥਿਆਰ ਸੀਗਾ ਜੀ ਉਹ ਜੀ ਉਹਦੇ ਸਿਰ 'ਚ ਮਾਰਿਆ ਜਿਹੜਾ ਸਾਡਾ ਬੰਦਾ ਜੀ ਕੁਛ ਟਾਈਮ ਦੇ ਵਿੱਚ ਹੀ ਮਰ ਸਕਦਾ ਜੇ ਉਹਦੇ ਨਾਲ ਮਹੱਤ ਨਾ ਆਉਂਦਾ ਤਾਂ ਉਹ ਬੰਦੇ ਨੂੰ
ਵੀ ਚੱਕ ਕੇ ਨਾ ਲਿਆਂਦਾ ਤਾਂ ਸਾਡਾ ਬੰਦਾ ਮੌਕੇ 'ਤੇ ਹੀ ਵਰਤ ਸਕੇਗਾ। ਉਹ ਜਿਹੜੀ ਜਗ੍ਹਾ ਹੈਗੀ ਆ ਉਸ ਜਗ੍ਹਾ ਦੇ ਉੱਤੇ ਸਿਰਫ ਖੋਖੇ ਵਾਲੇ ਸੀ, ਉਹ ਵੀ ਰੋਟੀ ਖਾਣ ਗਏ ਹੋਏ ਸੀ, ਅਤੇ ਜਿਹੜੇ ਪਲਾਟ ਉਹ ਖਾਲੀ ਸੀ ਅਤੇ ਉਹ ਜਿਹੜੇ ਉੱਥੇ ਕੈਮਰਾ ਲੱਗਾ ਹੋਇਆ, ਕੈਮਰਾ ਲੱਗਾ ਹੋਇਆ ਜਿਹਦੇ ਵਿੱਚ ਇਹਨਾਂ ਦੀ ਸਾਰੀ ਵਾਰਦਾਤ ਜਿਹੜੀ ਹੈ ਰਿਕਾਰਡਿੰਗ ਹੋ ਗਈ। ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਜੀ ਕੀਤੀ ਜਾ ਰਹੀ। ਜਿਹੜੀ ਇੰਜਰੀ ਰਿਪੋਰਟ ਸੀਗੀ ਉਹ ਇਹਨਾਂ ਨੇ ਹਾਸਲ ਕਰ ਲਈ 16 ਤਰੀਕ ਦੀ ਜੀ। ਉਸ ਤੋਂ ਬਾਅਦ ਜਿਹੜੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਕਹਿੰਦੇ ਜੀ ਅਸੀਂ ਓਪੀਨੀਅਨ ਲੈਣੀ ਆ। ਓਪੀਨੀਅਨ ਦੇ ਬਾਰੇ ਅਸੀਂ ਜਾ ਕੇ ਕੱਲ੍ਹ CMC ਹਸਪਤਾਲ ਦੇ ਵਿੱਚ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਇੰਜਰੀ ਰਿਪੋਰਟ ਤਿਆਰ ਹੈ, ਜਿਹਦੇ ਸੰਬੰਧ ਵਿੱਚ SHO ਨਾਲ ਵੀ ਗੱਲਬਾਤ ਕੀਤੀ ਗਈ, ਪਰ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਬੰਦੇ 2 ਆ, ਵੀ ਅਸੀਂ ਜਿਹੜੇ ਕੋਈ ਨਾ ਕੋਈ ਬੰਦਾ ਭੇਜਦਾ। ਜਿਹੜੀ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ, ਪੁਲਿਸ ਦੀ ਕਾਰਗੁਜ਼ਾਰੀ ਬਿਲਕੁਲ ਢਿੱਲੀ ਹੈ ਜੀ। ਬਿਲਕੁਲ ਸਾਡਾ ਬੱਚਾ ਬਿਲਕੁਲ ਅਨਫਿੱਟ ਆ ਜੀ, ਜਿਹੜਾ ਕਿ ਕੋਈ ਕੰਮ ਨਹੀਂ ਕਰ ਸਕਦਾ। ਇਹਦੇ ਬਾਰੇ ਲੈਂਥੀ ਹੈਗਾ, ਕੋਈ ਪਤਾ ਨਹੀਂ ਵੀ ਕਿੰਨਾ ਸਮਾਂ ਇਸੇ ਚੀਜ਼ 'ਤੇ ਹੈ। 26 ਸਾਲ ਦੀ ਹੈਗੀ ਆ ਅਤੇ 2 ਬੱਚੇ ਹਨ। ਇਹੀ ਗੱਲ ਕਹਿੰਦੇ ਆ, ਜਿਹੜਾ ਮੁਲਜ਼ਮਾਂ ਨੂੰ ਫੜ ਕੇ ਕਾਰਵਾਈ ਕੀਤੀ ਜਾਵੇ, ਤਾਂ ਕਿ ਜਿਹੜੇ ਮੁਲਜ਼ਮਾਂ ਨੂੰ ਵਾਰਦਾਤ ਕਰਨ ਦੀ ਸਬਕ ਮਿਲ ਸਕੇ।